व्यापारी थी गा वो गधे को गधियां दे व्यापार करता हुंदा अगे आबेटो ने हुंदे आबेटो ने हुंदे अगे गधियां दा हुक्का देता उन्हें कहना भी गधे ले लो गधे कहना यार कहना भी ताकड़े गधा तो जरा बढ़िया ओदा फड़ लिया उन्हें कन्नी कहना भी एदा की लेंगा कहना भी एदा लूंगा मैं एक बठल नाज दा वो कहना भी एक बठल दे जे दो ले जा गधा दे जा कहना भी गधा रख ला गधा मुड़के ना आवे वो कहना भी चंगा वो भाई गधा देख ला ले लिया घुमार ने एक बठल नाज दा पाता क्यों ओदे कोले गहां बी बेचदा हुंदा नाज दा बी बेचदा हुंदा वो दो व्यापार करता गधे बटे एक नाज का बठा लेना हुंदा वो भाई गधा वो जिवें सियाणे कहिंदे हुंदे ने कि जे बैक हट जाए लोट नहीं आउंदा जदों भाई घुमार ने गधा जोड़ लिया अगे वो चाहुंदे हुंदे खुरजियां हुंदियां गधियां दे उहदे चिट्टा पाउंदे हुंदे घुमार जां मिट्टी लिआउंदे हुंदे वो भाई खुरजी पर धर ली गधा हक लिया गधा चल पिया मगर नूं ਉਹਨੂੰ ਮੂਹਰੇ ਤੁਰਨ ਦੀ ਆਦਤ ਹੀ ਨਹੀਂ ਸੀ ਬੈਕ ਤੁਰਦਾ ਹੁੰਦਾ ਸੀ ਉਹਨੇ ਭਾਈ ਬਥੇਰਾ ਜ਼ੋਰ ਲਾਇਆ ਨਾ ਗਧੇ ਨੇ ਕੰਮ ਦਿੱਤਾ ਸਾਰਾ ਦਿਨ ਹੰਭੀ ਗਿਆ ਉਹ ਆਖਰ ਨੂੰ ਭਾਈ ਉਹਨੇ ਗਧਾ ਛੱਡਤਾ ਵੀ ਆਪਾਂ ਇਹ ਤੋਂ ਕੀ ਕਰਾਉਣਾ ਜਦੋਂ ਕੰਮ ਦੇ ਨਹੀਂ ਗਧਾ ਭਾਈ ਪੈੜੇ ਪੈੜ ਵਪਾਰੀ ਕੋਲੇ ਵੱਗ ਗਿਆ ਕਹਿੰਦਾ ਵੀ ਆ ਗਿਆ ਵਪਾਰੀ ਨੇ ਪਾ ਲਿਆ ਰੱਸਾ ਉਹਨੇ ਸੋਚਿਆ ਵੀ ਹੁਣ ਅੱਜ ਇੱਧਰ ਨੂੰ ਚੱਲੀਏ ਆਪਾਂ ਦੂਜੇ ਪਾਸੇ ਨੂੰ ਤੁਰਪਿਆ ਜਾ ਕੇ ਦੇਤਾ ਹੁੱਕਾ ਕਹਿੰਦਾ ਵੀ ਗਧੇ ਵਿਕਾਊ ਨੇ ਘੁਮਿਆਰ ਨੇ ਆਖਿਆ ਕਿਸੇ ਨੇ ਉਹ ਪਿੰਡ ਹੋਰ ਪਿੰਡ ਦੇ ਨੇ ਵੀ ਆਹ ਗਧਾ ਤਕੜਾ ਪਏ ਲਈਏ ਤੂੰ ਵੀ ਵਜਨ ਵੱਧ ਚੱਕਿਆ ਕਰੂ ਕਹਿੰਦਾ ਵੀ ਆਹ ਗਧਾ ਕਹਿੰਦਾ ਵੀ ਇਹ ਤਾਂ ਮੈਂ ਵੇਚਦਾ ਨਹੀਂ ਦੂਜੇ ਦੇ ਮਰਜ਼ੀ ਲੈ ਕਹਿੰਦਾ ਵੀ ਕੀ ਗੱਲ ਆ ਇਹ ਕਿਉਂ ਨਹੀਂ ਵੇਚਦਾ ਕਹਿੰਦਾ ਵੀ ਮੈਂ ਇਹ ਕੰਮ ਕਰਦਾ ਭਾਰਦਾ ਤਾਂ ਮੈਂ ਨਾਲ ਲਿਆਉਣਾ ਗੇੜਾ ਥਪਾਉਣ ਨੂੰ ਵੀ ਗਧਾ ਇਹ ਤਾਂ ਮੈਂ ਕਿਤੇ ਵੇਚਿਆ ਨਹੀਂ ਕਹਿੰਦਾ ਬਾਈ ਬਣ ਕੇ ਫਿਰ ਐਂ ਕਰਾਂ ਇਹੀ ਗਧਾ ਦੇ ਕਹਿੰਦਾ ਗਧਾ ਲੈ ਲਾ ਜੇ ਮੁੜਿਆ ਮੈਂ ਜ਼ਿੰਮੇਵਾਰ ਨਹੀਂ ਮੈਂ ਤਾਂ ਗਧਾ ਕਹਿੰਦਾ ਦੋ ਬੰਦਿਆਂ ਦੇ ਸਾਹਮਣੇ ਤੂੰ ਉਹਨੇ ਭਾਈ ਦੋ ਬੰਦੇ ਸੱਦ ਲਏ ਘੁਮਿਆਰ ਨੇ ਪਿੰਡ ਦੇ ਆਪਦੇ ਦੀ ਉਹ ਕਹਿੰਦਾ ਲੈ ਭਾਈ ਇਹ ਗਧਾ ਮੈਂ ਵੇਚ ਕੇ ਨਹੀਂ ਰਾਜੀ ਇਹ ਮੱਲੋ ਮੱਲੀ ਲੈਂਦਾ ਅਤੇ ਕਹਿੰਦਾ ਮੈਂ ਦੋ ਬੱਠ ਨਾਚ ਦੇ ਲੂੰ ਉਹ ਕਹਿੰਦਾ ਵੀ ਠੀਕ ਹੈ ਉਹਨਾਂ ਨੇ ਭਾਈ ਦੋ ਬੱਠ ਨਾਚ ਦੇ ਦਵਾਤੇ ਗਧਾ ਘੁਮਿਆਰ ਨੇ ਲੱਤਾਂ ਬੰਨ ਦੂਜੇ ਦਿਨ ਤੀਜੇ ਦਿਨ ਜਦੋਂ ਕੰਮ 'ਤੇ ਲੱਗਿਆ ਉਹਨੂੰ ਖੁਰਜੀਆਂ ਧਰ ਲਈਆਂ ਲਾ ਕੇ ਮਿੱਟੀ ਪਾਉਣ ਮਿੱਟੀ ਦਾ ਭਰ ਲਿਆ ਉਹਨੇ ਕਾਹਨੂੰ ਤੁਰਨਾ ਦੀ ਜਦੋਂ ਖਿੱਚਿਆ ਕਰਨ ਬਹਿ ਕੀ ਜਾਇਆ ਕਰੇ ਉਹ ਭਾਈ ਘੁਮਿਆਰ ਨੇ ਆਖਿਆ ਵੀ ਮੇਰਾ ਬੜਾ ਬਦਲ ਲੈਂਦਾ ਘੁਮਿਆਰ ਨੇ ਆਖਿਆ ਕੋਈ ਨਾ ਚਾਲ ਜਿੱਧਰ ਦੀ ਚੱਲਦਾ ਉਹ ਵੀ ਘੁਮਿਆਰ ਵੀ ਸਿਹਾਰਤੀ ਮੂਹਰੋਂ ਹੁਣ ਕਿ ਉਹ ਬਹਿ ਕੀ ਲਿਆ ਕਰ ਤੱਕ ਆਨੀ ਸਾਰ ਨੂੰ ਭਾਈ ਕਦੇ ਨੂੰ ਚੱਲਣਾ ਪੈ ਗਿਆ ਜਦੋਂ ਭਰ ਲਿਆ ਕਰੇ ਜਿੱਧਰ ਨੂੰ ਉਹ ਬੈਕ ਜਾਇਆ ਕਰੇ ਉੱਧਰ ਹੀ ਲੈ ਜਾਇਆ ਕਰੇ ਹੌਲੀ ਹੌਲੀ ਮੋੜ ਮੋੜ ਘਰੇ ਲਿਆ ਕਰੇ ਗੇੜਿਆਂ ਨੂੰ ਵੀ ਆਪੇ ਹੰਭ ਜੂ ਦੋ ਦਿਨ ਲੰਘੇ ਚਾਰ ਦਿਨ ਲੰਘੇ ਕਹਿੰਦਾ ਚੱਲ ਪਿਆ ਪਈ ਮੂਹਰੋਂ ਇੱਧਰੇ ਆਉਂਦਾ ਕਹਿੰਦੇ ਆਣਾ ਵਪਾਰੀ ਗਧੇ ਲਈ ਉਹ ਜਾਂਦਾ ਭਾਈ ਲੱਦਿਆ ਐਂ ਬਿਲਣਾ ਵਿਧੀ ਝਾਕਦਾ ਵੀ ਮਾਲਕ ਤਾਂ ਜਾਂਦਾ ਮੇਰਾ ਕਦੇ ਲਈ ਘੁਮਿਆਰ ਨੇ ਭਾਈ ਨੂੰ ਮਾਰੀ ਪੁਸ਼ਕਰ ਖੜ ਗਿਆ ਉਹਨੂੰ ਕਹਿੰਦਾ ਵੀ ਖੜ ਜਾ ਭਾਈ ਵਪਾਰੀ ਗਿਆ ਕਹਿੰਦਾ ਹਾਂ ਕਹਿੰਦਾ ਗਧਾ ਬੜਾ ਵਧੀਆ ਦੇ ਕੇ ਗਿਆ ਜਰਾ ਕਹਿੰਦਾ ਕਿਉਂ ਕਹਿੰਦਾ ਜਦੋਂ ਮੂਹਰਲੇ ਪਾਰ ਦੁਖਣ ਲੱਗ ਗਏ ਇਹਨਾਂ ਨੇ ਮੰਗਲਿਆਂ 'ਤੇ ਚੱਲ ਪੈਂਦਾ ਕਹਿੰਦਾ ਭਾਰ ਵਧੀਆ ਢੂੰਦਾ ਉਹ ਕਹਿੰਦਾ ਵੀ ਠੀਕ ਆ ਮੈਂ ਤਾਂ ਵਧੀਆ ਕਰਕੇ ਦੇ ਕੇ ਗਿਆ ਕਹਿੰਦਾ ਵਧੀਆ ਕਰਕੇ ਨਹੀਂ ਦੇ ਕੇ ਗਿਆ ਇਹ ਗਧਾ ਮੁੜਿਆ ਹੋਇਆ ਆਪਾਂ ਸੱਤ ਸਮੂਹ ਪਰ ਕਹਿੰਦਾ ਮੈਂ ਹਿੰਡੀ ਤੀ ਮੈਂ ਨਹੀਂ ਮੁੜਨਦਾ ਕਹਿੰਦਾ ਕਿਉਂ ਕਹਿੰਦਾ ਤੈਨੂੰ ਐਂ ਤੀ ਵੀ ਦੋ ਨਾਜ ਦੇ ਪੱਠਲ ਜਾ ਕੇ ਨਾਜ ਵੇਚ ਕੇ ਤਾਂ ਮੈਂ ਉਹਦਾ ਮੌਜ ਕਰੂੰ ਵੀ ਦੇਖੀ ਜਾਊ ਜਿਹੜਾ ਕਸੂ ਮਗਰੋਂ ਵੀ ਗਧਾ ਪਿੰਡ ਆ ਜਾਊ ਕਹਿੰਦਾ ਮੈਂ ਵੀ ਡਾਣ ਖਿੱਚਿਆ ਫਿਰ ਜਿੱਧਰ ਨੂੰ ਚੱਲਦਾ ਤੇ ਉੱਧਰ ਹੀ ਮੈਂ ਚਲਾ ਲਿਆ ਜਦੋਂ ਕਹਿੰਦਾ ਬੈਕ ਚੱਲਿਆ ਕਰ ਤਾਂ ਬੈਕ ਹੀ ਹੱਕ ਲਿਆ ਕਰਾਂ ਮੈਂ ਵੀ ਚੱਲ ਕਹਿੰਦਾ ਅੰਬ ਹੰਭ ਕੇ ਆਪੀ ਜਦੋਂ ਬਾਜ ਲਾਹਾ ਕਰ ਲਾਹੁਣ ਦੀ ਹੋਇਆ ਕਰੇ ਫਿਰ ਆਪੀ ਜਾਇਆ ਕਰੇ ਘਰੇ ਕਹਿੰਦਾ ਵੀ ਠੀਕ ਹੈ ਅਤੇ ਭਾਈ ਘੁਮਿਆਰ ਨੇ ਚਲਾਇਆ ਗਧਾ ਉਹ ਇੱਕ ਦਿਨ ਕੀ ਕੀਤਾ ਰਾਜਾ ਲੰਘਿਆ ਜਾਂਦਾ
घुमार मिट्टी ले आंदा गधा बराबर आ गया बराबर आए तो डों उठ खड़िया जिमें अगे करता हों बहुत हूँ कि भाई जो लंघ चलिया वो गधे तो लाती मगरों सूट भजलिया बैक उन्हें बथेरिया गुलाम गुलूम खिचे कानू हटदा जाके राजे की घोड़ी च दाड़ ने मारिया मंगलिया लत्तों घोड़ी ने मारी साल भाई राजा ठोका थले राजे ने गुस्से चाके भाई फौज ने ऑर्डर दिता भी घुमार नू पकड़ो भाई इन्हें गधा डक्कर के मेरे बिच मारे जान के घुमार बथेरा दुहाइया पावे नहीं जी गधा बैक जाता है मेरे सारे नहीं वो कहता ममूर ना हरेक तुरता देखा बैक मैं पहली बार सुने भाई राजे ने घुमार गिरफ्तार कर लिया हूँ उधरों व्यापारी आ गया वो फिर तुरदा उन्हें आके ऑर्डर देता भी गधे ले लो गधे घुमार कहना जी एक मिनट मैं व्यापारी बुला दो अंदर बैठा जी खांचा कहना व्यापारी ना मुलाकात करा दे मेरी गधे वाले ना कहना करा दें गधे वाले कहना भी आ जा तेन घुमार सदा जी तो तेने गधा दिता है कहना जी चंगा आ गया कहना हाँ दस की काम है वो कहना कर फायदा तो होगा एक फायदा तू कहना गधाड़ा देख के ख्याति कहना हूँ तो ऐ करी यार मेरे ना कहना जो राजा लंघन लगे कहना पहला तो कुछ कराया ना कहना मगरों भज लिया मगर कहना जाके दोनों लत्त घोड़ी च मारिया कहना घोड़ी ने मारी साल राजा अड़क पा थले कहना हूँ आ बैठा मैं जेल च कहना तेन तरीका दसा कहना हाँ कहना तू ऐ कर तू उन्हू कह दे जी एक दिन खातर भी मैनू जेल चो बरी कर दियो एक दिन खातर भी आथन नू मैं आ जाऊँ कहना हाँ कहना तेन मैं बचने का ढंग दस दूँ कहना तो चंगा उन्हें भाई वजीर नू कहा बेचारे ने हथ बन्ने कहना जी एक दिन खातर मैं जेल चो रिहा कर दियो भी मैं माड़ा घरे जाके आना वो कहना कर दें उन्हें भाई राजे नू कहता भी एक दिन की है जी जो कर दो रिहा करता वो कहना एक कल गधा लेके आ जी मेरे को भाई गधा लेके भग गया व्यापारी को व्यापारी कहना भी लियादा मैं गधा मेरा तो टाइम हो गया कहना मैं तो एक दिन कहा राजे वो कहना ए कर जे राजे एक दिन कहा जे घंटा कहा तेन जेल जाने की लड़ नहीं जे मेरे मेरे दिमाग ना चले कहना हाँ कहना राजे ऐ कह जाके भी जी के मैं गधियां का व्यापार करके आया भी एक गधा लेता मैं भी जे सोडे काम का वो भी तमाम दबाऊंगा तो मैं जे मेरी जेल वो करेगा कहना भी ठीक है उन्हें भाई राजे ने की किया आ गया जदों कहना भी चल अंदर कहना जी अंदर बाग जू मैं एक गधा खरीदया तेरे गुण का वो तेरा फायदा करूँ कहना जे ना करया कहना जी फिर सजा बता दौ कहना चंगा उन्हें भाई गधा देखा राजे ने लिया मंगा लिया वो गधा हम पिछे हटती हटता थी वो जो पिछे हटने लग गया गधा उन्होंने बोलता कहना वो घुमार कहना वीर बन के तेरे हाथ च है मेरी इज्जत नहीं मेरी सजा बाजू अज का दिन सीधा चल पा तो भाई जो बाले हाथ बन लग गया गधा भी जान गया गधा कहना भी ठीक है गधे ने भाई मूर नू तुरन लग गया जो राजे ने भाई कहना भी ऐ कर कहना हाँ कहना घोड़िया का घा लिया गधे ते लद के गधा भार चकन वाली हों बेचारा कहना जा घोड़िया का घा लिया कहना जी लिया उन्हें नाल घा तोड़ते घा खोतन वाले भी घा खोत खोत गधा भर दिया करो भी आपे ढोई जाऊ कहना भी चंगा वो भी गधा घा ढोई गया सारा दिन उन्हें कहा दिन भी अज का दिन मेरे किसी तो बैक ना चली सारा दिन करी गया आखिर हंभ गया कदा जो हथ ने डोडो भी अंदर रह गया कहना हूं तो सड़ते रछा कहना बस आही गेड़ा है दिन रहा हजे कहना चंगा वह गेड़ा ले आया वो भाई कहते भी एक गेड़ा होर ले जी हूँ खोत्या पै वो कहना भी हूँ नहीं आई दा कहना क्यों कहना ना हूँ नहीं मैं आना गल तो दस दे कहना मिन्नतदारी करके मैं भी अठ घंटे मंगे थी तू इस बाद कम खराब हूँ मैं नहीं आता वो कहते नहीं यार तू इत साडी जी आप ही ले आवेंगे कहना तो चंगा उन्होंने कमेंतदारी करके कहना भी हथ बना ला चाहे मैं इतों एक बारह घाइया को वग चल वो कहता भी इतों बाद फिर मैं आपकी मर्जी करूँ कहना कर ली राजे कहना भी देखो राजना कहना हाँ
ਕਹਿੰਦਾ ਮੈਂ ਤੜਕੇ ਦਾ ਘਾਟ ਹੋਈ ਜਾਂਦਾ। ਗੱਦੇ ਨੂੰ ਕੁਛ ਕਿਹਾ? ਕਹਿੰਦਾ ਨਾ ਜੀ ਕੁਛ ਨਹੀਂ ਕਿਹਾ। ਕਹਿੰਦਾ ਜੇ ਹੁਣ ਗੱਦੇ ਨੂੰ ਕੁਛ ਕਿਹਾ ਭਾਈ ਤਾਂ ਮੈਨੂੰ ਮਾਫ ਕਰਨਾ ਪਊ। ਕਹਿੰਦਾ ਹਾਂ ਜੇ ਕਹਿੰਦਾ ਨਾ ਕਿਹਾ ਕੁਛ, ਕਹਿੰਦਾ ਫਿਰ ਮੇਰੀ ਸਜ਼ਾ ਪਤਾ ਦਿਓ। ਉਹਨੂੰ ਪਤਾ ਸੀ ਵੀ ਗੱਗਾ ਗਧਾ ਆਪਦੀ ਬਹੁਤ ਕਰੂਗਾ, ਹਟਦਾ ਨਹੀਂ। ਉਹਨੇ ਭਾਈ ਕੀ ਕੀਤਾ, ਜਦੋਂ ਗਧਾ ਉਹਨਾਂ ਨੇ ਘਾਈਆਂ ਨੇ ਲੱਦ ਲਿਆ ਘਾਹ, ਤੁਰ ਪਏ ਚੱਲ ਪਿਆ ਬੈਕ ਉਹ ਤਾਂ। ਹੁਣ ਕੀ ਭਾਈ ਉਹ ਕਿਤੇ ਕਿਧਰੇ ਨੂੰ ਖਿੱਚਣ, ਕਿਤੇ ਕਿਧਰੇ ਨੂੰ ਖਿੱਚਣ, ਸਾਰੀ ਰਾਤ ਤੁਰੀ ਫਿਰਦੇ ਰਹੇ ਉਹਨਾਂ ਨੂੰ। ਹੰਭ ਕੇ ਤੜਕੇ ਨੂੰ ਕਹਿੰਦਾ ਦਿਨ ਚੜ੍ਹੇ ਆਇਆ। ਉਹ ਪਿਆਸ ਉੱਤਾ ਰਾਵਣਾ ਭਾਈ ਘੁਮਿਆਰ ਆ ਕੇ ਉਹਦੇ ਮਾਰਿਆ ਠੇਡਾ ਘੁਮਿਆਰ ਦੇ। ਉਹ ਕਹਿੰਦਾ ਓਏ ਛੇੜ ਕੇ ਸਾਡੀ ਜਾਨ ਨੂੰ ਸਿਆਪਾ, ਤੂੰ ਆ ਕੇ ਰਾਮਨਾ ਪਿਆ। ਕਹਿੰਦਾ ਸਾਰੀ ਰਾਤ ਤਾਂ ਤੁਰੀ ਫਿਰਦਾ ਪਿੰਡ ਉੱਦੀ, ਸਿੱਧਾ ਤੁਰਦੇ ਹੀ ਨਹੀਂ। ਕਹਿੰਦਾ ਸਿੱਧਾ ਸਾਰੀ ਰਾਤ ਨਹੀਂ ਤੁਰਿਆ? ਕਹਿੰਦਾ ਨਾ। ਕਹਿੰਦਾ ਫਿਰ ਰਾਜੇ ਕੋਲ ਕਿਹੋ ਗੱਲ? ਕਹਿੰਦਾ ਕਹਾਂਗੇ ਰਾਜੇ ਨੂੰ। ਕਹਿੰਦਾ ਤੜਕੇ ਨੂੰ ਭਾਈ ਰਾਜੇ ਨੂੰ ਕਹਿੰਦਾ ਵੀ ਐਂ ਕਰੋ ਰਾਜਨ, ਜਿਹੜੀ ਮੈਂ ਤੁਹਾਡੇ ਨਾਲ ਜਵਾਨ ਕਰੀ ਤੀ ਉਹ ਮੇਰੀ ਪੂਰੀ ਕਰੋ। ਕਹਿੰਦਾ ਕਿਵੇਂ? ਕਹਿੰਦਾ ਦੇਖ ਸਾਰਾ ਦਿਨ ਘਾਟ ਹੋਇਆ ਮੈਂ, ਗਧਾ ਸਿੱਧਾ ਤੁਰਿਆ। ਪਰ ਕਹਿੰਦਾ ਇਹਨਾਂ ਨੇ ਕਿਹਾ ਪਤਾ ਨਹੀਂ ਕਿਹਾ ਜਾ ਤੁਰਿਆ, ਗਧਾ ਵਿੰਗਾ ਤੁਰਿਆ ਮਾਂਗਰ ਨੂੰ। ਉਹ ਕਹਿੰਦਾ ਐਂ ਕਿਵੇਂ ਤੁਰੂ ਮਾਂਗਰ ਨੂੰ? ਹੁਣ ਰਾਜ ਗਧਾ ਪਿਆ ਦੇਖਿਆ ਵਿਚਾਰਾ ਸਾਰੀ ਰਾਤ ਤੁਰਿਆ ਫਿਰਦਾ ਸੀ। ਉਹ ਕਹਿੰਦਾ ਰਾਜ ਨੂੰ ਕਹਿੰਦਾ ਜੇ ਐਂ ਕਰੋ ਜੀ, ਜੇ ਤੁਸੀਂ ਸਿੱਧਾ ਤੋਰ ਲਓ ਤਾਂ ਮੇਰੀ ਸਜ਼ਾ ਵਧਾ ਦਿਓ ਜਾਓ। ਜੇ ਕਹਿੰਦਾ ਉੱਥੋਂ ਬਿਨਾਂ ਸਿੱਧਾ ਤੁਰਿਆ ਤਾਂ ਮੇਰੀ ਸਜ਼ਾ ਘਟਾਉਣੀ ਪਊ। ਕਹਿੰਦਾ ਬਰੀ ਕਰ ਦੂੰ ਜਾ। ਕਹਿੰਦਾ ਜੀ ਲਿਖ ਕੇ ਦਿਓ ਫਿਰ। ਹੁਣ ਘੁਮਿਆਰ ਨੂੰ ਪਤਾ ਸੀ ਵੀ ਗਧਾ ਇਹ ਸਿੱਧਾ ਤੁਰਦਾ ਨਹੀਂ। ਹੁਣ ਕੀ ਭਾਈ ਜਦੋਂ ਨੇ ਰਾਜੇ ਨੂੰ ਕਹਿੰਦਾ ਖੋਲ੍ਹਿਆ, ਖੋਲ੍ਹ ਕੇ ਰਾਜੇ ਨੇ ਕਹਿੰਦਾ ਕਲਾਮ ਖਿੱਚਿਆ, ਉਹਨੇ ਮਗਰ ਨੂੰ ਮੂਹਰ ਨੂੰ ਕਾਹਨੂੰ ਜਾਣਾ ਸੀ, ਮਗਰ ਨੂੰ ਚੱਲ ਪਿਆ। ਹੁਣ ਕੀ ਰਾਜਾ ਘੰਟਾ ਲਮਕੀ ਗਿਆ, ਕਹਿੰਦੇ ਨੇ ਮੂਹਰੇ ਪੈਰ ਹੀ ਨਹੀਂ ਤਰਿਆ। ਉਹ ਕਹਿੰਦਾ ਜੀ ਐਂ ਕਰੋ ਉਹਨੂੰ ਬੰਨ ਦਿਓ, ਤੁਹਾਡੇ ਸੱਟ ਮਾਰੂ ਕਹਿੰਦਾ। ਕਹਿੰਦਾ ਫਿਰ ਤੂੰ ਤੋਰ ਕੇ ਦਿਖਾ ਸਿੱਧਾ। ਉਹਨੇ ਜਾ ਕੇ ਭਾਈ ਗਧੇ ਦੇ ਪੈਰੀਆਂ ਹੱਥ ਲਾ ਤੇ ਕਹਿੰਦਾ ਬਾਪੂ ਦੋ ਕਰਮਾਂ ਮੂਹਰੇ ਭਰ ਲੈ, ਮੇਰੀ ਸਜ਼ਾ ਕੰਮ ਹੋ ਜੂ। ਉਹਨੇ ਭਾਈ ਦੋ ਪੈਰੀਆਂ ਹੱਥ ਲਾ ਤੇ ਗਧੇ ਨੂੰ ਆਇਆ ਤਰਸ ਘੁਮਿਆਰ ਤੇ, ਗਧਾ ਮੂਹਰ ਨੂੰ ਤੁਰ ਪਿਆ। ਹੁਣ ਉੱਧਰੋਂ ਢੋਲ ਕਿਆ ਖੜੀ ਤੀ, ਉਹਨੇ ਢੋਲ ਨੂੰ ਲਾਤਾ ਡੱਗਾ ਵੀ ਭਾਈ ਰਾਜੇ ਨੇ ਜਿਹੜਾ ਵਚਨ ਕਰਿਆ ਸੀ ਪੂਰਾ ਕਰੇ, ਵੀ ਇਹਦੀ ਘੁਮਿਆਰ ਦੀ ਸਜ਼ਾ ਭਰੀ ਕਰੇ ਇਹਨੂੰ। ਹੁਣ ਘੁਮਿਆਰ ਵੀ ਸਿਆਤੀ ਤੀ, ਉਹਨੇ ਭਾਈ ਦਿਲਾ ਸਜ਼ਾ ਭਰੀ ਕਰਾ ਲਈ ਆਪਦੀ। ਉਹ ਫਿਰ ਉਹ ਰਾਜਾ ਕਹਿੰਦਾ ਉਹਨੂੰ, ਕਹਿੰਦਾ ਉਹ ਸਜ਼ਾ ਤਾਂ ਬਰੀ ਹੋ ਗਈ, ਕਹਿੰਦਾ ਮੈਨੂੰ ਐਂ ਤਾਂ ਦੱਸ ਦੇ ਵੀ ਸਾਡੇ ਕੇ ਸਾਡੇ ਮੇਰੇ ਨੌਕਰ ਲਈ ਫਿਰਦੇ ਰਹਿੰਦੇ ਸਾਰੀ ਰਾਤ, ਤੇ ਸਿੱਧਾ ਕਿਉਂ ਨਹੀਂ ਤੁਰਦਾ? ਕਹਿੰਦਾ ਜੀ ਇਹ ਗਧਾ ਹੁੰਦਾ ਤੇਰੇ ਵਾਲਾ ਘੋੜਾ ਨਹੀਂ, ਵੀ ਜਿੱਧਰ ਨੂੰ ਜੀ ਕਰਦਾ ਗੁਲਾਮ ਖਿੱਚ ਲੇਗਾ। ਕਹਿੰਦਾ ਗਧਾ ਇਹ ਜੇ ਆਪਦੀ ਆਈ ਤੇ ਆ ਜੇ ਨਾ, ਕਹਿੰਦਾ ਇਹ ਤਾਂ ਕਰਮ ਕੀ ਅੱਧੀ ਕਰਮੀ ਨਹੀਂ, ਤੂੰ ਕਹਾਂ ਤੋਰ ਸਕਦਾ ਇਹਨੂੰ, ਇਹੋ ਜਿਹੀ ਹੁੰਦੀ ਹੈ ਚੀਜ਼। ਕਹਿੰਦਾ ਫਿਰ ਤੂੰ ਕਿਵੇਂ ਤੋਰਦਾ? ਕਹਿੰਦਾ ਮੈਂ ਵੀ ਮਿੰਨਤਦਾਰੀ ਨਹੀਂ ਤੋਰਦਾ। ਕਹਿੰਦਾ ਜੇ ਤੂੰ ਇਹਦੇ ਪੈਰੀ ਪੱਗ ਧਰਦਨ ਦਾ ਤੇਰੇ ਕਿਸੇ ਤੋਂ ਤੁਰਪਣ ਦਾ? ਕਹਿੰਦਾ ਫਿਰ ਐਂ ਕਰੋ ਵੀ ਇਹ ਤਾਂ ਗੋਲੀ ਮਾਰੋ। ਕਹਿੰਦਾ ਜਿਹੜਾ ਪੈਰੀ ਪੱਗ ਧਰਾ ਕੇ ਤੁਰਦਾ ਉਹ ਗਾਹਾਂ ਕੀ ਪਾਰ ਲਊਗਾ, ਜਿਹੜਾ ਇੱਥੋਂ ਪੈਰੀ ਪੱਗ ਧਰਾਉਂਦਾ? ਹੁਣ ਕੀ ਭਾਈ ਰਾਜੇ ਨੇ ਆਰਡਰ ਦੇ ਦਿੱਤਾ ਵੀ ਗਧੇ 'ਤੇ ਗੋਲੀ ਮਾਰੋ। ਘੁਮਿਆਰ ਕਹਿੰਦਾ ਜੀ ਇਹ ਗੱਲ ਗਲਤ ਆ। ਕਹਿੰਦਾ ਕਿਉਂ? ਕਹਿੰਦਾ ਮੇਰੀਆਂ ਖੁਰਜੀਆਂ 'ਚ ਮਿੱਟੀ ਕੌਣ ਢੂੰਗਾ? ਮੈਂ ਤਾਂ ਅਗਰ ਤੂੰ ਮੁੱਲ ਲਿੱਤਾ। ਹੁਣ ਕੀ ਭਾਈ ਉਹ ਕਹਿੰਦਾ ਜੀ, ਉਹ ਕਹਿੰਦਾ ਫਿਰ ਐਂ ਕਰ ਆਪਣੀ ਜੂਹ 'ਚ ਨਾ ਰੱਖੀ ਇਹਨੂੰ ਭਾਈ, ਬਾਹਰੇ ਲੈ ਜਾ। ਹੁਣ ਕੀ ਘੁਮਿਆਰ ਕਹਿੰਦਾ ਵੀ ਚੰਗਾ। ਘੁਮਿਆਰ ਨੇ ਆਖੇ ਵਧੀਆ ਹੋਇਆ, ਖੜਾ ਸੁੱਟ ਕੇ ਆਪਣਾ, ਨਾ ਤਾਂ ਸਜ਼ਾ ਕੱਢ ਦੇ, ਐਂ ਨਹੀਂ ਪਤਾ ਕਿੰਨੀ ਕੁ ਸਜ਼ਾ ਕਰਦਾ ਇਹ ਆਪਾਂ ਨੂੰ, ਨਾ ਸਜ਼ਾ ਕੱਢ ਦੇ ਨਾਲੇ ਆਪਾਂ ਖਾਂਦੇ 70 ਲੋਕਾਂ ਤੋਂ। ਹੁਣ ਕਿ ਉਹਨੇ ਕੀ ਕਰਨਾ ਸੀ ਜਦੋਂ ਬਾਹਰੇ ਆ ਗਿਆ ਬਰੀ ਹੋ ਕੇ, ਉਹਨੇ ਗਧੇ ਦਾ ਵੱਢਿਆ ਰੱਸਾ, ਡੱਕਰ ਤਾਂ ਕਹਿੰਦਾ ਕਹਿੰਦਾ ਉੱਥੇ ਵੱਜਾ। ਉਹ ਕਹਿੰਦਾ ਕਿਉਂ? ਵਪਾਰੀ ਉਹਨੂੰ ਆ ਕੇ ਕਹਿੰਦਾ ਘੁਮਿਆਰ ਨੂੰ, ਕਹਿੰਦਾ ਭਰਾਵਾ ਤੇਰੇ ਵਾਲਾ ਦਿਮਾਗ ਕੰਮ ਕਰ ਗਿਆ ਨਹੀਂ, ਮੈਂ ਤਾਂ ਫਸ ਗਿਆ ਸੀ। ਕਹਿੰਦਾ ਕਿਉਂ? ਕਹਿੰਦਾ ਮੈਂ ਤਾਂ ਡਾ ਲਿਆ ਸੀ। ਕਹਿੰਦਾ ਨਹੀਂ ਮੈਨੂੰ ਐਂ ਪਤਾ ਕਿੰਨਾ ਕਿਤੇ ਜੇਲ੍ਹ 'ਚ ਕੱਟਣਾ ਪੈਂਦਾ। ਕਹਿੰਦਾ ਪਰ ਤੇਰੇ ਗਧੇ ਨੇ ਕੰਮ ਕਰਤਾ ਮੇਰਾ। ਕਹਿੰਦਾ ਇਹ ਗਧਾ ਨਹੀਂ, ਇਹ ਵਫਾਦਾਰ ਹੈ ਮੇਰਾ। ਕਹਿੰਦਾ ਕਿਉਂ? ਕਹਿੰਦਾ ਮੈਂ ਲੱਖ ਮਣ ਅਨਾਜ ਵੇਚਤਾ ਇਹ ਗਧੇ ਦੇ ਅਨਾਜ ਨਾਲ। ਕਹਿੰਦਾ ਕਿਵੇਂ? ਕਹਿੰਦਾ ਮੈਂ ਤੇਰੇ ਵਰਗੇ ਤੋਂ ਪੱਠਣ ਅਨਾਜ ਤਾਂ ਲੈਂਦਾ, ਇੱਥੇ ਆ ਕੇ ਅਗਲੇ ਨੂੰ ਡੂਢਿਆਂ ਦਾ ਦਿੰਦਾ। ਜੇ ਅਗਲਾ ਮੈਨੂੰ ਮੈਂ 10 ਕਿਲੋ ਦਿੰਦਾ ਤਾਂ ਮੈਨੂੰ ਅਗਲਾ 15 ਕਿਲੋ ਦਿੰਦਾ। ਕਹਿੰਦਾ ਮੈਂ ਤਾਂ ਬਣ ਗਿਆ ਲਾਖਾਪਤੀ। ਕਹਿੰਦਾ ਅਗਲੇ ਗਧਾ ਮੈਂ ਇਹਨੂੰ ਤਕੜਾ ਕਿਉਂ ਕਰਿਆ ਹੋਇਆ? ਅਗਲਾ ਤਕੜਾ ਕਦਾ ਖਰੀਦਦਾ? ਅਗਲਾ ਕਹਿੰਦਾ ਤਕੜਾ ਨੂੰ। ਕਹਿੰਦਾ ਮੈਨੂੰ ਪਤਾ ਵੀ ਇਹ ਚੱਲਦਾ ਤਾਂ ਹੈ ਨਹੀਂ, ਚੱਲਦਾ ਤਾਂ ਕਹਿੰਦਾ ਮੈਂ ਸਾਡੇ ਮੇਰੇ ਪਿਓ ਦਾਦੇ ਨੇ ਜ਼ੋਰ ਲਾ ਲਾਉਣਾ ਤੇ ਨਹੀਂ ਚੱਲਿਆ, ਤੂੰ ਕਿੱਥੇ ਚਲਾ ਲੇਗਾ ਇਹਨੂੰ? ਕਹਿੰਦਾ ਮੈਂ ਇਸੇ ਕੰਮ 'ਤੇ ਰੱਖਿਆ ਇਹ। ਉਹ ਕਹਿੰਦਾ ਫਿਰ ਐਂ ਕਰੀ, ਹੁਣ ਮੈਂ ਤੈਨੂੰ ਦੱਸਤਾ ਬੈਠਾ ਕਹਾਂ ਨਾ ਗੱਲ ਕਰੀ। ਕਹਿੰਦਾ ਚੰਗਾ। ਹੁਣ ਕਿ ਭਾਈ ਉਹਨੇ ਗਧਾ ਆਪਦਾ ਵੇਚ ਦਿਆ ਕਰੇ, ਨਾਜ ਕਮ ਲੈ ਲਿਆ ਕਰੇ ਅਗਲੇ ਤੋਂ ਪੱਠਲ, ਉਹ ਦੂਜੇ ਦਿਨ ਨੂੰ ਕਹਿੰਦਾ ਕਰੇ ਵਗ ਜਾ ਕਰੇ, ਉਹ ਤਾਂ ਜਾਣੀ ਹੈ ਉਹ ਚੱਲਿਆ ਨਾ ਕਰੇ, ਅਗਲਾ ਸੜਦਿਆ ਕਰੇ, ਗਧੇ ਤੋਂ ਕੀ ਰੋਣ ਵਾਲੇ ਨੇ ਫਿਰ? ਅਤੇ